ਤੇ ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਪਾਣੀਆਂ ਦੇ ਮਸਲੇ ਨੂੰ ਲੈ ਕੇ SYL ਨੂੰ ਲੈ ਕੇ ਇਸ ਮੁਤਲਕ ਹੁਣ ਦੇਖਣਾ ਚਾਹੁੰਦੇ ਹਾਂ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਮੈਂ ਵੇਖ ਪਾ ਰਿਹਾ ਕਿ ਬਹੁਤ ਲੰਬੀ ਕਿਊ ਹੈਗੀ ਆ ਔਰ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਤੁਸੀਂ ਆਪਣੀ ਗੱਲ ਨੂੰ ਜਲਦੀ ਖਤਮ ਕਰਿਓ ਤਾਂ ਕਿ ਜਿਹੜੇ ਹੋਰ ਵੀ ਕਾਲਰ ਜੁੜੇ ਹੋਏ ਨੇ ਕਿਊ ਦੇ ਵਿੱਚ ਉਹਨਾਂ ਦੇ ਵੀ ਵਿਚਾਰ ਅਸੀਂ ਲੈ ਸਕੀਏ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਲੰਡਨ ਤੋਂ ਬੋਲਦਾ। ਜੀ ਜਸਪਾਲ ਸਿੰਘ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਚੰਡੀਗੜ੍ਹ ਬਾਰੇ ਕਹਿੰਦਾ ਪਹਿਲੇ ਜੀ, ਤੇ ਕੁਛ ਸਾਲ ਪਹਿਲੇ ਜੀ, ਜਿਸ ਵੇਲੇ ਪਹਿਲੇ ਝਗੜਾ ਪਿਆ ਸੀਗਾ ਤੇ ਚੰਡੀਗੜ੍ਹ ਤੇ ਨੂੰ ਮਿਲਣਾ ਚਾਹੀਦਾ ਜੀ, ਉਸ ਵੇਲੇ ਸੈਂਟਰ ਗੌਰਮੈਂਟ ਦੇ ਗਏ ਕੁਆਇਟ ਗੁੱਡ ਗ੍ਰਾਂਟ ਐਂਡ ਦੀ ਮਨੀ ਜੀ ਟੂ ਡਿਵੈਲਪ ਪੰਚਕੂਲਾ ਜੀ, ਹੈਂ ਜੀ, ਦੈਟ ਵਾਸ ਫਾਰ ਹਰਿਆਣਾ ਜੀ ਜੀ, ਟੂ ਮੇਕ ਪੈਰਲਲ ਟੂ ਚੰਡੀਗੜ੍ਹ ਬਿਲਕੁਲ ਜੀ। ਮੈਂ ਤੇ ਇਹੀ ਲਗਾਤਾਰ ਸਿਆਸਤਦਾਨਾਂ ਨੂੰ ਸਵਾਲ ਪੁੱਛਦੇ ਆ ਰਿਹਾ ਚੰਡੀਗੜ੍ਹ ਦੇ ਵਿੱਚ ਕਿ ਤੁਸੀਂ ਕਿਉਂ ਨਹੀਂ ਆਵਾਜ਼ ਆਪਣੀ ਬੁਲੰਦ ਕਰਦੇ, ਤੁਸੀਂ ਕਿਉਂ ਨਹੀਂ ਇੱਕ ਰਸਤਾ ਕੱਢਦੇ, ਚਾਹੇ ਉਹ SYL ਦਾ ਮੁੱਦਾ ਹੋਵੇ, ਚਾਹੇ ਤੁਹਾਡਾ ਸਟੇਟ ਦਾ ਮੁੱਦਾ ਹੋਵੇ, ਰਾਜਧਾਨੀ ਦਾ ਮੁੱਦਾ ਹੋਵੇ, ਚੰਡੀਗੜ੍ਹ ਲਈ ਤੁਸੀਂ ਆਵਾਜ਼ ਚੁੱਕੋ। ਪੰਚਕੂਲਾ ਉਹਨਾਂ ਨੇ ਬਣਾ ਸਕਿਆ, ਪੰਚਕੂਲਾ ਉਹ ਇੰਨਾ ਵਧੀਆ ਡਿਵੈਲਪ ਕਰ ਚੁੱਕੇ ਨੇ। ਇਟ ਇਜ਼ ਬੈਟਰ ਰਾਦਰ ਡਿਵੈਲਪਮੈਂਟ ਹੋਈ ਆ ਤੇ ਮਾਡਰਨ ਹੈਗੀ ਆ ਜੀ, ਤੇ ਵਾਈ ਦੇ ਅਗੇਨ ਕਲੇਮ ਚੰਡੀਗੜ੍ਹ ਜੀ। ਕਰੈਕਟ ਕਰੈਕਟ, ਆਈ ਐਗਰੀ ਓਨ ਦਿਸ ਜੀ, ਆਈ ਐਗਰੀ ਓਨ ਦਿਸ ਜੀ। ਜਸਪਾਲ ਸਿੰਘ ਜੀ, ਕੁਝ ਹੋਰ ਕਹਿਣਾ ਚਾਹੋਗੇ SYL ਦੇ ਮੁੱਦੇ ਨੂੰ ਲੈ ਕੇ? ਹਾਂ, ਬਾਕੀ ਜਿਹੜਾ ਹੈਗੇ ਆ ਪਾਣੀਆਂ ਦੇ ਵਿੱਚ ਹਰ ਇੱਕ ਪਾਰਟੀ ਦਾ ਉਹ ਦੇ ਆਰ ਕਲੇਮਿੰਗ ਟੂ ਬੀਕਮ ਔਨ ਫਰੰਟ ਲਾਈਨ, ਵੀ ਵਿਲ ਫਾਈਟ ਦਿਸ, ਵੀ ਵਿਲ ਡੂ ਵਿਦ ਦੈਟ ਜੀ। ਇਹਨਾਂ ਦਾ ਹਾਲੇ ਕੋ ਪਤਾ ਨਹੀਂ ਲੱਗਣਾ ਕਿ ਫਰਕ ਕੀਤਾ, ਸੁਪਰੀਮ ਕੋਰਟ ਦੇ ਕੋਲ ਕੇਸ ਗਿਆ ਜੀ, ਸੋ ਉਹਦੀ ਵਰਡਿਕਟ ਆਏਗੀ, ਦੈਨ ਫਿਰ ਦੇਖਾਂਗੇ ਕਿ ਜਿਹੜੀਆਂ ਪਾਰਟੀਆਂ ਕਿੰਨੇ ਪਾਣੀ ਚਰਚੀ ਕਰਦੀਆਂ। ਬਿਲਕੁਲ ਬਿਲਕੁਲ ਬਿਲਕੁਲ, ਥੈਂਕ ਯੂ ਵੈਰੀ ਮਚ ਜਸਪਾਲ ਸਿੰਘ ਜੀ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲਸ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਜਸਵੀਰ ਸਿੰਘ ਬੋਲਦਾ ਜੀ। ਜੀ ਜਸਵੀਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਮੇਰਾ ਮਤਲਬ ਕਹਿਣ ਦਾ ਮਤਲਬ ਇਹ ਹੈ ਜੀ, ਇਸ ਵੇਲੇ SYL ਦਾ ਮੁੱਦਾ ਚੱਲ ਰਿਹਾ ਜੀ ਜੀ ਜੀ, ਤੁਸੀਂ ਨਕਸ਼ੇ ਸੇ ਸਾਨੂੰ ਦਿਖਾ ਸਕਦੇ ਆ ਵੀ ਜਿਹੜਾ ਇਹ ਓਪੋਜੀਸ਼ਨ ਕੀ ਹੈਗੀ ਆ ਜੀ, ਵੀ ਡਿਵਾਈਡ ਕਿੱਥੇ ਹੁੰਦਾ ਕਿੱਥੇ ਨਹੀਂ ਹੁੰਦਾ, ਬਸ ਜੀ ਤੁਸੀਂ ਨਕਸ਼ੇ ਦਿਖਾ ਦਿਓ ਜੀ, ਤੇ ਮੈਂ ਤੁਹਾਨੂੰ ਮੰਨ ਜਾਵਾਂ ਸ਼ੁਰੂ, ਕਮ ਸੇ ਕਮ ਪਤਾ ਤਾਂ ਲੱਗਣਾ ਚਾਹੀਦਾ ਨਾ ਵੀ ਸਾਡਾ ਜਿਹੜਾ ਮੁੱਦਾ ਆ ਕੀ ਆ, ਸਤਲੁਜ ਤੇ ਦਰਿਆ ਦਾ ਜਿਹੜਾ ਹੁੰਦਾ ਕਿੱਥੇ ਮੁੱਦਾ ਸਾਡਾ ਚੱਲਦਾ ਹੈ ਜੀ ਜੀ, ਬਸ ਮੈਂ ਤੁਹਾਨੂੰ ਇੰਨਾ ਪੁੱਛਣਾ ਚਾਹੁੰਦਾ, ਇਸ ਤੋਂ ਬਾਅਦ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲਸ ਲੈ ਲਈਏ, ਮੈਂ ਇਸ ਤੁਹਾਡੀ ਇਸ ਗੱਲ ਦਾ ਜਵਾਬ ਵੀ ਦੇਵਾਂਗਾ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਹਾਂਜੀ, ਛੋਟੇ ਭਾਈ ਪਿਆਰ ਭਰੇ, ਸਤਿ ਸ਼੍ਰੀ ਅਕਾਲ ਹਰਕੀਤ ਜੀ। ਸਤਿ ਸ਼੍ਰੀ ਅਕਾਲ ਮੱਖਣ ਸਿੰਘ ਜੀ, ਠੀਕ ਹੋ? ਹਾਂਜੀ, ਬਿਲਕੁਲ ਠੀਕ ਠਾਕ ਹੈ। ਹਾਂਜੀ, ਦੇਖੋ ਆਹ ਜਿਹੜਾ ਤੁਹਾਡਾ ਮੁੱਦਾ, ਜਿਹੜੀ ਇਹ ਕੌਮ ਸਾਡੇ ਪੰਜਾਬ ਨੂੰ ਕਹਿੰਦੇ ਇੱਕ ਫੁੱਲ ਦਾ, ਜਿਹਦਾ ਕਹਿੰਦੇ ਗੁਲਾਬ ਦਾ ਫੁੱਲ ਸੀ ਜੀ, ਇਹ ਜਦੋਂ ਵੀ ਪੰਜਾਬ ਜਿਹੜਾ ਪਾਣੀ ਤਾਂ ਇੱਕ ਪਾਸੇ ਰਿਹਾ, ਇਹ ਸਾਡੇ ਦੇ ਗੁਰੂਆਂ ਪੀਰਾਂ ਨੇ ਵੀ ਕਹਿ ਕੇ ਵੰਡ ਕੇ ਛਕਣਾ, ਇਹ ਤਾਂ ਆਪ ਹੀ ਪਾਣੀ ਵੰਡਣ ਨੂੰ ਤਿਆਰ ਸੀ ਹਰੇਕ ਨੂੰ ਜੀ ਜੀ ਜੀ। ਇਹ ਕੌਮ ਹੀ ਏਦਾਂ ਦੀ ਸੀ ਕਿ ਕੋਈ ਪਿਆਸਾ ਨਾ ਰਵੇ, ਕੋਈ ਭੁੱਖਾ ਨਾ ਰਵੇ, ਪਰ ਜਦੋਂ ਕੋਈ ਖੋਹ ਕੇ ਹੱਥੋਂ ਖੋਹਣ ਲੱਪਣ ਤੇ ਫੇਰ ਦੱਸੋ ਤੇ ਕੀ ਗੁਜ਼ਰਦੀ ਉਸ ਕੌਮ ਤੇ ਜੀ ਜੀ। ਦੇਖੋ ਮੈਂ ਸਿਰਫ ਚਾਰ ਲਾਈਨਾਂ ਕਹਿਣੀ ਆ ਕਿ ਇੱਕ ਗੁਲਾਬ ਦਾ ਫੁੱਲ ਇਹ ਉੱਤੇ ਹੀ ਚੀਜ਼ ਆ ਜਾਂਦੀ ਕਿ ਖੇੜਿਆ ਫੁੱਲ ਗੁਲਾਬ ਦਿਆ, ਤੂੰ ਕਿਤ ਬਲ ਖਿੜ ਖਿੜ ਹੱਸੇ, ਉਹ ਪਿੰਗੇ ਚੜਿਆ ਲੈ ਹਲਾਰੇ, ਦਿਲ ਰਾਹੀਆਂ ਦਾ ਖਸੇ ਜੀ ਜੀ ਜੀ, ਮੂੰਹ ਤੇ ਲਾਲੀ ਤੇਰੇ ਚਿੱਤ ਖੁਸ਼ਹਾਲੀ ਅਤੇ ਲਟਕ ਮਹਬੂਬਾਂ ਵਾਲੀ, ਉਹ ਅੱਖੀਆਂ ਨਾਲ ਵਾਜੇ ਕਸਕ ਅੱਖੀਆਂ ਦੇ ਵਿੱਚ ਤਸੇ ਜੀ, ਹਾਤਮ ਵਾਂਗ ਲਟਾਵੇਂ ਲਫਤਾਂ, ਉਹ ਵੰਡ ਵੰਡ ਹੁਸਨ ਨਾ ਰੱਜੇ, ਉਹ ਸੋਹਣਿਆਂ ਦਾ ਚਾ ਬਣੇ ਵਿਛਾਉਣਾ, ਭਾਵੇਂ ਖੁਦ ਕੰਡਿਆਂ ਵਿੱਚ ਵਸੇ ਜੀ ਜੀ ਜੀ, ਠੰਡਕ ਪਾਵੇਂ ਮਹਿਕ ਖਡਾਵੇਂ, ਮਹਿਲਾਂ ਵਿੱਚ ਜਦ ਜਾਵੇਂ, ਉਹ ਹੱਸਦਾ ਹੱਸਦਾ ਟਹਿਲ ਕਮਾਵੇਂ, ਚੰਦਨ ਵਾਂਗਲ ਘਸੇ, ਪਰ ਅੜਿਆ ਇੱਕ ਅਜਬਕ ਅਜਬ ਉਡਾਉਣੀ, ਗੰਢ ਨਾ ਸਾਥੋਂ ਖੁੱਲੇ, ਉਹ ਵਲਾਂ ਛਲਾਂ ਵਿੱਚ ਉਮਰ ਗੁਜ਼ਾਰੇ, ਭੇਤ ਨਾ ਦਿਲ ਦਾ ਦੱਸੇ, ਇਹ ਕੌਮ ਏਦਾਂ ਦੀ ਆ, ਫਿਰ ਵੀ ਕਿੰਨੀ ਵੀ ਤੰਗ ਹੋਵੇ ਪਰ ਆਪਦਾ ਭੇਤ ਨੀ ਦੱਸਦੀ, ਦੋ ਲਾਈਨਾਂ ਹੋ ਰਿਹਾ, ਇਹ ਕੁਝ ਮੇਥੋਂ ਸਰਦਾ ਪੁੱਜਦਾ, ਕਾਲੀ ਕਾਲੀ ਵੰਡਾ ਦੇ ਸਾਡੀ ਕੌਮ ਦੀਆਂ, ਇਹ ਗੁਲਾਬ ਦੇ ਫੁੱਲ ਉਹੀ ਚੀਜ਼ ਆ ਜਾਂਦੀ ਆ,
ਕਿ ਜੇ ਕੁਝ ਮੇਥੋਂ ਸਰਦਾ ਪੁੱਜਦਾ ਕਾਹਲੀ ਕਾਹਲੀ ਵੰਡਾਂ ਰਹਿਣ ਬਸੇਰਾ ਕਰਕੇ ਓੜਕ ਮੱਲਣਾ ਅਗਲਾ ਪਾਸਾ ਆਸ਼ਕ ਦਾ ਦਿਲ ਸੜਿਆ ਭੁੱਜਿਆ ਮੇਥੋਂ ਸੇਕ ਦਰੇਡਿਓਂ ਆਵੇ ਉਹ ਜਿਸ ਗੱਲ ਦੀ ਮੇਰੇ ਦਿਲ ਵਿੱਚ ਸਦਰ ਉੱਥੇ ਮੁਸਕਾਨ ਆਵੇ ਮਾਸਾ ਕੋਮਲ ਜਿੰਦੜੀ ਮੇਰੀ ਉਮਰ ਛਟੇਰੀ ਇਹ ਕੌਮ ਕੌਮ ਤੇ ਮੈਂ ਗੱਲ ਜਾ ਨਾ ਆਪਦੀ ਤੇ ਉਧਰ ਬਲਦੀਆਂ ਆਹੀ ਉਹ ਇਸ਼ਕ ਭੂਕਾ ਮੇਥੋਂ ਹੋਵੇ ਇਹ ਚਾਤਰ ਚਾਤਰ ਕੁੜੀ ਆਸਾ ਦੇਖੋ ਛੇਕੜ ਗੱਲ ਇੱਥੇ ਆ ਜਾਂਦੀ ਆ ਕਿ ਸਾਡੀ ਕੌਮ ਵਿੱਚ ਹੀ ਜਦੋਂ ਇਹ ਆਪਸ ਵਿੱਚ ਹੋ ਜਾਂਦਾ ਕਿ ਪਿੱਛੋਂ ਭੱਜ ਕੇ ਸਭਨਾਂ ਨੂੰ ਫਿਕਰ ਹੋਇਆ ਉਹ ਸੋਚੀ ਪੈ ਨੀ ਸਭ ਸਰਦਾਰ ਮੀਆਂ ਅੱਗੋਂ ਰਾਜ ਆਇਆ ਹੱਥ ਬੁਰਸ਼ਿਆਂ ਦੇ ਉਹ ਪਈ ਖੜਕਦੀ ਨਿੱਤ ਤਲਵਾਰ ਮੀਆਂ ਗੱਦੀ ਵਾਲਿਆਂ ਨੂੰ ਜਿਹੜੇ ਮਾਰ ਲੈਂਦੇ ਹੋਰ ਕਹੋ ਕਿਸ ਦੇ ਪਾਣੀ ਹਾਰ ਮੀਆਂ ਉਹ ਸ਼ਾਹ ਮੁਹੰਮਦ ਹੋਈ ਹੁਣ ਮੌਤ ਰਾਤੀ ਖਾਲੀ ਨਹੀਂ ਜਾਣਾ ਕੋਈ ਵਾਰ ਮੀਆਂ ਸਾਡੀ ਕੌਮ ਵਿੱਚ ਆਪਸ ਲੜਾਈ ਜਦੋਂ ਲੱਗ ਜਾ ਉੱਥੇ ਸਾਰੇ ਫਾਇਦਾ ਉਠਾਉਂਦੇ ਜੀ ਜੀ ਬਿਲਕੁਲ ਉਹੀ ਜ਼ਰੂਰਤ ਹੈਗੀ ਹੈ ਮੱਖਣ ਸਿੰਘ ਜੀ ਕਿ ਕੌਮ ਦੇ ਵਿੱਚ ਲੜਾਈ ਨਾ ਹੋਏ ਵੰਡ ਨਾ ਪਾਏ ਜਿਸਦਾ ਫਾਇਦਾ ਜਿਹੜਾ ਉਹ ਦੂਜੇ ਲੋਕ ਨਾ ਉਠਾ ਸਕਣ ਬਹੁਤ ਬਹੁਤ ਧੰਨਵਾਦ ਮੱਖਣ ਸਿੰਘ ਜੀ ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ ਉਹਨਾਂ ਦੇ ਵੀ ਕਾਲਸ ਲੈ ਲਈਏ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਭਾਜੀ ਮੈਂ ਹਰਦੀਪ ਸਿੰਘ ਬੋਲ ਰਿਹਾ ਕਰੋਲੀ ਤੋਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਭਾਜੀ ਮੈਂ ਨਾ ਇੱਕ ਚੁਟਾਲਾ ਸਾਹਿਬ ਨੇ ਜਿਹੜੇ ਆਪਣੇ ਪੁਆਇੰਟਸ ਰੱਖੇ ਸੀ ਮੈਂ ਉਹਨਾਂ ਤੇ ਕੁਐਸਚਨ ਕਰਨਾ ਚਾਹੁੰਦਾ ਹਾਂ ਕਿਉਂਕਿ ਓਬਵੀਅਸਲੀ ਅਸੀਂ ਅਸੀਂ ਪੰਜਾਬ ਨੂੰ ਬਿਲੋਂਗ ਕਰਦੇ ਅਸੀਂ ਪੰਜਾਬ ਦੀ ਹੀ ਗੱਲ ਸੁਣੀ ਆ ਅੱਜ ਤੁਸੀਂ ਹਰਿਆਣੇ ਦਾ ਵੀ ਪੱਖ ਪੇਸ਼ ਕੀਤਾ ਆ ਉਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਜਦੋਂ ਅਸੀਂ ਆਪਣਾ ਪਾਕਿਸਤਾਨ ਨੂੰ ਪਾਣੀ ਡਰੇਨ ਕਰਦੇ ਹਾਂ ਤੇ ਸਾਨੂੰ ਹਰ ਸਾਲ ਉਹਦਾ ਬਿੱਲ ਪੇ ਕਰਨਾ ਪੈਂਦਾ ਆ ਤੁਸੀਂ ਉਹ ਸਵਾਲ ਤੇ ਚੈਲੰਜ ਨਹੀਂ ਕੀਤਾ ਕਿ ਇਹ ਰਿਐਲਿਟੀ ਆ ਕਿ ਅਸੀਂ ਪਾਕਿਸਤਾਨ ਨੂੰ ਬਿੱਲ ਦਿੰਦੇ ਹਾਂ ਪਾਣੀ ਡਰੇਨ ਕਰਨ ਦੇ ਵਾਸਤੇ ਨਹੀਂ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਪਾਕਿਸਤਾਨ ਨੂੰ ਜਿਹੜਾ ਪਾਣੀ ਹੈਗਾ ਉਹ ਬਿਨਾਂ ਕਿਸੇ ਬਿੱਲ ਦੇ ਤੁਸੀਂ ਉਹਨਾਂ ਨੂੰ ਭੇਜ ਦਿੰਦੇ ਹੋ ਔਰ ਤੁਸੀਂ ਸਾਡੇ ਤੋਂ ਪੈਸੇ ਮੰਗਦੇ ਹੋ ਨਹੀਂ 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 ਭਾਜੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਪਾਕਿਸਤਾਨ ਨੂੰ ਪਾਣੀ ਡਰੇਨ ਕਰਦੇ ਹਾਂ ਤੇ ਪਾਕਿਸਤਾਨ ਸਾਨੂੰ ਬਿੱਲ ਭੇਜਦਾ ਅਸੀਂ ਪੈਸੇ ਪੇ ਕਰਦੇ ਹਾਂ ਉਹਨਾਂ ਨੂੰ ਹਰ ਸਾਲ ਉਹਨੇ ਇਹ ਗੱਲ ਕਹੀ ਸੀ ਤੁਸੀਂ ਚੈਲੰਜ ਨਹੀਂ ਸੀ ਕੀਤਾ ਮੈਂ ਇਹ ਪੁੱਛਣਾ ਚਾਹੁੰਦਾ ਕਿ ਇਹ ਰਿਐਲਿਟੀ ਆ ਵੀ ਅਸੀਂ ਪਾਕਿਸਤਾਨ ਨੂੰ ਪੈਸੇ ਪੇ ਕਰਦੇ ਹਾਂ ਇਸ ਗੱਲ ਦੇ ਉੱਤੇ ਅਸੀਂ ਚੈਲੰਜ ਨਹੀਂ ਕਰ ਸਕਦੇ ਜਿਹਦੀ ਸਾਨੂੰ ਔਥੈਂਟੀਸਿਟੀ ਹੀ ਨਾ ਪਤਾ ਹੋਏ ਵੀ ਸ਼ੁੱਡ ਗੋ ਫੋਰ ਦੀ ਔਥੈਂਟੀਸਿਟੀ ਜੀ ਔਥੈਂਟੀਸਿਟੀ ਪਤਾ ਹੋਣੀ ਚਾਹੀਦੀ ਕਿ ਵਾਕਈ ਬਿੱਲ ਪੇ ਹੁੰਦਾ ਕਿ ਨਹੀਂ ਹੁੰਦਾ ਤੇ ਵੀ ਕੈਨ ਚੈਲੰਜ ਸੰਬਰ ਹਨਾ ਮੈਂ ਇਹੀ ਗੱਲ ਕਿਉਂਕਿ ਜੀ ਜੀ ਅਸੀਂ ਪੰਜਾਬ ਨੂੰ ਬਿਲੋਂਗ ਕਰ ਅਸੀਂ ਕਦੇ ਸੁਣੀ ਨੀ ਇਹ ਗੱਲ ਵੀ ਅਸੀਂ ਪਾਕਿਸਤਾਨ ਨੂੰ ਪਾਣੀ ਡਰੇਨ ਕਰਦੇ ਕਿਉਂਕਿ ਜਿੱਦਾਂ ਉਹਨਾਂ ਨੇ ਸਵਾਲ ਕੀਤਾ ਕਿ ਤੁਸੀਂ ਪਾਕਿਸਤਾਨ ਨੂੰ ਪਾਣੀ ਡਰੇਨ ਕਰਦੇ ਆ ਤੇ ਇੰਡੀਆ ਨੂੰ ਬਿੱਲ ਪੇ ਕਰਨਾ ਪੈਂਦਾ ਤੇ ਮੈਂ ਫਿਰ ਸੋਚਦਾ ਵੀ ਜੇ ਅਸੀਂ ਪੈਸੇ ਦਿੰਦੇ ਹਾਂ ਕਿਸੇ ਮੁਲਕ ਨੂੰ ਤਾਂ ਕਿਉਂ ਨਾ ਅਸੀਂ ਆਪਣੇ ਭਾਈ ਭਰਾ ਨੂੰ ਪਾਣੀ ਦੇ ਦਈਏ ਜਿਹਦਾ ਅਸੀਂ ਦੂਜੇ ਨੂੰ ਬਿੱਲ ਪੇ ਕਰਨਾ ਤੁਹਾਨੂੰ ਵੀ ਨਹੀਂ ਤੁਸੀਂ ਦੇਖੀ ਮੈਂ ਜ਼ਰੂਰ ਇਸ ਮੁਤਲਕ ਤੁਹਾਨੂੰ ਜ਼ਰੂਰ ਜਾਣਕਾਰੀ ਦੇਵਾਂਗਾ ਔਥੈਂਟੀਕੇਟ ਕਰਕੇ ਮੈਂ ਨਹੀਂ ਚਾਹੁੰਦਾ ਕਿ ਉਹ ਅਸੀਂ ਔਨ ਏਅਰ ਉਹ ਗੱਲ ਕਹੀਏ ਜਿਹਦੀ ਕੋਈ ਰਿਸਰਚ ਨਾ ਹੋਏ ਔਰ ਔਥੈਂਟੀਕੇਟ ਨਾ ਹੋਏ ਕਿਸੇ ਗੱਲ ਦਾ ਸੋ ਆਈ ਨੈਵਰ ਗਿਵ ਮਾਈ ਕਮੈਂਟਸ ਔਨ ਦੈਟ ਜਿਹਦੇ ਬਾਰੇ ਮੈਨੂੰ ਨਾ ਪਤਾ ਹੋਰ ਮੈਂ ਦਰਸ਼ਕਾਂ ਨੂੰ ਦੱਸਾਂ ਬਿਕੋਜ਼ ਵੀ ਟਰਾਈ ਆਰ ਟੀਮ ਟਰਾਈ ਕਿ ਅਸੀਂ ਉਹ ਜਾਣਕਾਰੀ ਦਈਏ ਜੋ ਵਾਕਈ ਖਬਰ ਦੇ ਵਿੱਚ ਦਮ ਹੈਗਾ ਔਥੈਂਟੀਕੇਟ ਕਰਕੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ ਬਟ ਥੈਂਕ ਯੂ ਵੈਰੀ ਮੱਚ ਫੋਰ ਰੇਜ਼ਿੰਗ ਦਿਸ ਵੈਲਿਡ ਪੁਆਇੰਟ ਤੁਸੀਂ ਪਲੀਜ਼ ਤੁਸੀਂ ਪਤਾ ਜ਼ਰੂਰ ਕਰੋ ਕਿਉਂਕਿ ਸਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਰਿਐਲਿਟੀ ਟਰੂ ਆ ਜਾਂ ਫਾਲਸ ਆ ਆਈ ਬਿਲੀਵ ਕਿ ਨਹੀਂ ਹੁੰਦਾ ਹੋਏਗਾ ਅਗਰ ਇੰਨਾ ਹੀ ਹੁੰਦਾ ਤੇ ਕਿਉਂ ਨਾ ਫਿਰ ਪੰਜਾਬ ਹਰਿਆਣਾ ਨੂੰ ਪਾਣੀ ਦੇ ਉੱਥੋਂ ਦੇ ਬਿੱਲ ਅਸੀਂ ਹਰਿਆਣੇ ਨੂੰ ਪਾਣੀ ਦੇ ਸਕਦੇ ਜੇ ਅਸੀਂ ਦੂਜਿਆਂ ਨੂੰ ਬਿੱਲ ਪੇ ਕਰਨਾ ਤੁਸੀਂ ਇਹ ਜ਼ਰੂਰ ਪਤਾ ਕਰਕੇ ਸਾਨੂੰ ਦੱਸੋ ਕਿ ਸਾਨੂੰ ਪਤਾ ਲੱਗੇ ਕਿ ਉਹਨਾਂ ਨੇ ਝੂਠ ਬੋਲਿਆ ਜਾਂ ਸੱਚ ਬੋਲਿਆ ਠੀਕ ਹੈ ਭਾਜੀ ਡੈਫੀਨਿਟਲੀ ਡੈਫੀਨਿਟਲੀ ਜੀ ਡੈਫੀਨਿਟਲੀ ਥੈਂਕ ਯੂ ਵੈਰੀ ਮੱਚ ਭਾਜੀ ਜੀ ਥੈਂਕ ਯੂ ਜੀ ਅਤੇ ਇੱਕ ਕਾਲਰਸ ਜੁੜੇ ਸੀਗੇ ਜਿਨ੍ਹਾਂ ਨੇ ਕਿਹਾ ਸੀਗਾ ਕਿ ਤੁਸੀਂ ਨਕਸ਼ੇ ਨੂੰ ਲੈ ਕੇ ਸਾਹਮਣੇ ਆਓ ਜਾਂ ਮੈਪਸ ਨੂੰ ਸਾਹਮਣੇ ਲੈ ਕੇ ਆਓ ਦੇਖੋ ਮੈਂ ਕਾਲਰਸ ਨੂੰ ਆਪਣੇ ਉਹਨਾਂ ਦੀ ਰਿਸਪੈਕਟ ਕਰਦਾ ਜੋ ਸਾਨੂੰ ਕਾਲ ਕਰਕੇ ਆਪਣੇ ਫੀਡਬੈਕਸ ਦਿੰਦੇ ਨੇ ਬਟ ਇੱਥੇ ਮਸਲਾ ਜਿਸ ਗੱਲ ਦਾ ਹੈਗਾ ਕਿ ਅਸੀਂ ਹੁਣ ਮੈਪ ਦੀ ਲੜਾਈ ਨਹੀਂ ਲੜ ਰਹੇ ਅਸੀਂ ਹੁਣ ਇਹ ਲੜਾਈ ਨਹੀਂ ਲੜ ਰਹੇ ਕਿ ਮੈਪ ਦੇ ਵਿੱਚੋਂ ਕਿੱਥੋਂ ਸਤਲੁਜ ਯਮੁਨਾ ਲਿੰਕ ਨਿਕਲਦੀ ਹੈ ਇਟ ਇਜ਼ ਅ ਵੈਲਿਡ ਪੁਆਇੰਟ ਕਿ ਜਿੱਥੋਂ ਦੀ ਹੁਣ ਨਹਿਰ ਆ ਰਹੀ ਹੈ ਦੀ ਕੈਨਲ ਆ ਰਹੀ ਹੈ ਉੱਥੇ ਪਹਿਲਾਂ ਹੀ ਪੰਜਾਬ ਦੇ ਕੋਲ ਇਹ ਰਿਪੋਰਟ ਆ ਚੁੱਕੀ ਹੈ ਦੇ ਡੋਂਟ ਹੈਵ ਅ ਇਨਫ ਵਾਟਰ ਉਹਨਾਂ ਦੇ ਕੋਲ ਇੱਕ ਬੂੰਦ ਆਪਣੇ ਲਈ ਨਹੀਂ ਹੈਗੀ ਕਿ ਉਹ ਬਾਹਰ ਦੇਈ ਕਿਸੇ ਨੂੰ ਦੇਣ ਅਤੇ ਮੈਨੂੰ ਇਹ ਲੱਗਦਾ ਕਿ ਇੱਕ ਸਟੈਂਡ ਜ਼ਰੂਰ ਕਲੀਅਰ ਕਰਨਾ ਚਾਹੀਦਾ ਹੈ ਕਿ ਵਾਕਈ ਹੀ ਅਗਰ ਉਹ ਪਾਣੀ ਦੇਣਾ ਵੀ ਚਾਹੁੰਦੇ ਨੇ 1/3 ਹਿੱਸਾ ਅਗਰ ਦੇਣਾ ਵੀ ਚਾਹੁੰਦੇ ਨੇ ਕਿ ਹਰਿਆਣਾ ਉਹਨਾਂ ਨੂੰ ਪੈਸੇ ਦੇਗਾ ਕਿਉਂਕਿ ਜਿਸ ਕਰਕੇ ਪੰਜਾਬ ਦੀ ਇਕੋਨਮੀ ਸਟਰੋਂਗ ਹੋ ਸਕੇ ਲੜਾਈ ਇੱਥੇ ਹੁਣ ਮੈਪ ਦੀ ਨਹੀਂ ਹੈਗੀ ਲੜਾਈ ਹੈਗੀ ਹੈ ਕਿ ਪਾਣੀ ਹੈ ਜਾਂ ਨਹੀਂ ਹੈ ਅਗਰ ਹੈ ਤਾਂ ਅਸੀਂ ਦੇ ਸਕਦੇ ਹਾਂ ਅਤੇ ਅਗਰ ਅਸੀਂ ਦੇ ਸਕਦੇ ਹਾਂ ਤਾਂ ਕਿੰਨੇ ਪੈਸੇ ਹਰਿਆਣਾ ਤੋਂ ਲੈ ਸਕਦੇ ਹਾਂ ਤਾਂ ਕਿ ਪੰਜਾਬ ਦੀ ਇਕੋਨਮੀ ਸਟਰੋਂਗ ਹੋਏ ਪੰਜਾਬ ਦਾ ਜਿਹੜਾ ਕਿਸਾਨ ਆਤਮ ਹੱਤਿਆ ਕਰ ਰਿਹਾ ਜਿਹੜਾ ਜੀਵਨ ਲੀਲਾ ਆਪਣੀ ਸਮਾਪਤ ਕਰ ਰਿਹਾ ਫਾਹਾ ਲਾ ਰਿਹਾ
ਉਹਨੂੰ ਕੋਈ ਬੈਨੀਫਿਟ ਹੋ ਸਕੇ, ਉਹਨੂੰ ਬੈਨੀਫਿਟ ਹੋਏਗਾ ਤਾਂ ਕਿਤੇ ਨਾ ਕਿਤੇ ਜਿਹੜੀ ਸੁਸਾਈਡ ਹੈ ਜਿਹੜਾ ਆਪਣੀ ਆਪ ਨੂੰ ਖਤਮ ਕਰ ਰਹੇ ਨੇ ਉਹ ਕਿਤੇ ਨਾ ਕਿਤੇ ਕੰਮ ਹੋ ਸਕਦਾ, ਇਕੋਨਮੀ ਸਟਰੋਂਗ ਹੋ ਸਕਦੀ ਹੈ। ਬਹੁਤ ਇਸ ਟਾਈਮ ਲੋੜ ਹੈਗੀ ਹੈ ਪੰਜਾਬ ਨੂੰ ਆਪਣੀ ਇਕੋਨਮੀ ਨੂੰ ਸੁਧਾਰਨ ਦੀ। ਅਸੀਂ ਉਸ ਮੁਤਲਕ ਗੱਲ ਕਰੀਏ, ਕਿੰਨੀ ਇੰਡਸਟਰੀਜ਼ ਜਿਹੜੀ ਹੈ ਪੰਜਾਬ ਦੇ ਵਿੱਚ ਲਿਆਉਣ ਦੀ ਜ਼ਰੂਰਤ ਹੈਗੀ ਹੈ, ਕਿੰਨੀ ਐਜੂਕੇਸ਼ਨ ਨੂੰ ਸਟਰੋਂਗ ਕਰਨ ਦੀ ਜ਼ਰੂਰਤ ਹੈਗੀ ਹੈ, ਕਿੰਨੇ ਹੈਲਥ ਸੈਕਟਰ ਨੂੰ ਸਟਰੋਂਗ ਕਰਨ ਦੀ ਜ਼ਰੂਰਤ ਹੈਗੀ ਹੈ। ਇਹ ਜੰਗ ਹੈਗੀ ਹੈ ਪੰਜਾਬ ਦੀ, ਔਰ ਇਹ ਜੰਗ ਵੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਸਹੂਲਤਾਂ ਦੇ ਕੇ, ਫੈਸਿਲਿਟੀਜ਼ ਦੇ ਕੇ ਪੰਜਾਬ ਨੂੰ ਸਟਰੋਂਗ ਕਰੀਏ, ਤਾਂ ਕਿ ਪੰਜਾਬ ਦੇ ਵਿੱਚ ਪੜ੍ਹਿਆ ਲਿਖਿਆ ਨੌਜਵਾਨ ਮਜਬੂਰ ਨਾ ਹੋਏ ਬਾਹਰ ਆਉਣ ਨੂੰ, ਵਿਦੇਸ਼ਾਂ ਵਿੱਚ ਜਾਣ ਨੂੰ ਮਜਬੂਰ ਨਾ ਹੋਏ, ਉੱਥੇ ਰਹਿ ਕੇ ਹੀ ਪੰਜਾਬ ਦੀ ਜੜ੍ਹਾਂ ਨੂੰ, ਪੰਜਾਬ ਦੇ ਵਿੱਚ ਹਰ ਸੈਕਟਰ ਨੂੰ ਸਟਰੋਂਗ ਕਰ ਸਕੇ, ਇੰਨਾ ਮਜ਼ਬੂਤ ਕਰ ਸਕੇ, ਤਾਂ ਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ, ਜਿਹੜੇ ਸਾਡੇ ਨਵੇਂ ਬੱਚੇ ਨੇ, ਨਵੀਂ ਪਨੀਰੀ ਹੈ, ਉਹ ਉੱਥੇ ਇੰਟਲੈਕਚੁਅਲ ਵਰਗ ਜਿਹੜਾ ਇੰਨਾ ਵੱਧ ਸਕੇ, ਤਾਂ ਕਿ ਇੱਕ ਵੱਡੇ ਵੱਡੇ ਅਹੁਦੇ ਦੇ ਉੱਤੇ ਹੋਣ ਔਰ ਸਮਝਣ ਗੱਲਾਂ ਨੂੰ, ਤਾਂ ਕਿ ਪੰਜਾਬ ਦੀ ਇਕੋਨਮੀ ਨੂੰ ਡਿਵੈਲਪ ਕਰ ਸਕਣ। ਲਗਾਤਾਰ ਅਗਰ ਕੋਈ ਪੰਜਾਬ ਨੂੰ ਮਾਰ ਰਿਹਾ ਤਾਂ ਉਹ ਸਿਆਸਤ ਮਾਰ ਰਹੀ ਹੈ, ਅਗਰ ਕੋਈ ਮਾਰ ਰਿਹਾ ਪੰਜਾਬ ਨੂੰ ਤਾਂ ਉਹ ਨੈਗੇਟਿਵਿਟੀ ਮਾਰ ਰਹੀ ਹੈ, ਅਗਰ ਕੋਈ ਪੰਜਾਬ ਨੂੰ ਮਾਰ ਰਿਹਾ ਤਾਂ ਉਹ ਲੋਕ ਮਾਰ ਰਹੇ ਨੇ ਜੋ ਪੰਜਾਬ ਨੂੰ ਵੱਧ ਕੇ ਨਹੀਂ ਦੇਖ ਸਕਦੇ ਕਿ ਪੰਜਾਬ ਦਾ ਬੋਲਬਾਲਾ ਕਿਉਂ ਹੋ ਰਿਹਾ, ਅਗਰ ਕੋਈ ਪੰਜਾਬ ਨੂੰ ਮਾਰ ਰਿਹਾ ਤਾਂ ਆਪਣੇ ਹੀ ਮਾਰ ਰਹੇ ਨੇ। ਮੈਨੂੰ ਅੱਜ ਕਹਿਣਾ ਪਏਗਾ, ਮੈਂ ਉਸ ਗੱਲ ਦੇ ਉੱਤੇ ਬਿਲਕੁਲ ਪੈਰਾ ਨਹੀਂ ਦਿੰਦਾ ਕਿ ਜੋ ਗੱਲ ਬਿਲਕੁਲ ਨੈਗੇਟਿਵਿਟੀ ਫੈਲਾਏ ਔਰ ਜੋ ਨੈਗੇਟਿਵ ਗੱਲ ਕਰੇ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲ ਅਸੀਂ ਲੈ ਲੈਂਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਜਿਹੜੇ ਪੋਲੀਟੀਕਲ ਲੀਡਰ ਆ ਇਹ ਉਸ ਵੇਲੇ ਉਠਾਉਣਾ ਸ਼ੁਰੂ ਕਰ ਦਿੰਦੇ ਆ, ਇਹ ਬਣਨਾ ਬੁਣਨਾ ਕੋਈ ਨੀ, ਪੋਲੀਟੀਕਲ ਸਟੰਟ ਹੀ ਆ ਇਹ ਕਿਸਮ ਦਾ। ਜੀ ਜੀ, ਅਸੀਂ ਸ਼ੁਰੂ ਤੋਂ ਇਸ ਮੁੱਦੇ ਦੇ ਵਿੱਚ ਅਸੀਂ ਇਹੀ ਕਹਿੰਦੇ ਹੋਏ ਆ ਰਹੇ ਹਾਂ ਕਿ ਇਹਨੂੰ ਸਿਰਫ ਹੁਣ ਪੋਲੀਟੀਕਲ ਸਟੰਟ ਬਣਾ ਦਿੱਤਾ ਗਿਆ, ਕੋਈ ਵੀ ਗੰਭੀਰ ਨਹੀਂ ਹੈਗਾ। ਸੋਰੀ ਟੂ ਸੇ, ਚਾਹੇ ਉਹ ਪੋਲੀਟੀਸ਼ੀਅਨਸ ਹੋਣ, ਚਾਹੇ ਉਹ ਐਡਮਿਨਿਸਟ੍ਰੇਟਰਸ ਹੋਣ, ਲੇਕਿਨ ਨੋਬਡੀ ਇਜ਼ ਸੀਰੀਅਸ ਅਬਾਊਟ ਇਸ। ਜਦੋਂ ਵੀ ਇਲੈਕਸ਼ਨ ਆਉਂਦੀਆਂ ਉਸ ਵੇਲੇ ਐਸਵਾਈਐਲ ਨੂੰ ਮੋਰੇ ਲੈ ਆਂਦੇ ਆ। ਜੀ 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 ਜੀ, ਹੁੰਦਾ ਕੁਝ ਵੀ ਨਹੀਂ ਹੈ, ਤੇ ਜਿਹੜੇ ਜਿਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਲਈਆਂ ਆ, ਹੋਰ ਕੋਈ ਕੁਝ ਕੀਤਾ ਆ, ਉਹਨਾਂ ਨੂੰ ਐਵੇਂ ਫਿਕਰ ਦੇ ਵਿੱਚ ਪਾਏ ਆ। ਬਾਕੀ ਅਸੀਂ ਵੀ ਨਹੀਂ ਚਾਹੁੰਦੇ ਵੀ ਸਾਡਾ ਪੰਜਾਬ ਜਿਹੜਾ ਹੈਗਾ ਉਹ ਉੱਥੇ ਯਾਨੀ ਕਿ ਸੋਕਾ ਪਵੇ, ਉਹਨਾਂ ਉੱਥੇ ਵੀ ਪਾਣੀ ਦੀ ਜ਼ਰੂਰਤ ਹੈਗੀ ਆ। ਪਰ ਇਹ ਜੋ ਕੁਛ ਯਾਨੀ ਕਿ ਇਹਨੂੰ ਪੋਲੀਟੀਕਲ ਸਟੰਟ ਬਣਾ ਕੇ ਵਰਤ ਰਹੇ ਆ, ਇਹ ਗਲਤ ਕੰਮ ਕਰ ਰਹੇ ਆ। ਜੀ 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 ਜੀ, ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ, ਅਤੇ ਮੈਂ ਸਾਰੇ ਕਾਲਰਸ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਅੱਜ ਕਾਲ ਕੀਤੀ, ਔਰ ਜਿਨ੍ਹਾਂ ਦੀ ਕਾਲਸ ਮੈਂ ਨਹੀਂ ਚੱਕ ਪਾਇਆ ਉਹਨਾਂ ਤੋਂ ਮੈਂ ਜ਼ਰੂਰ ਮਾਫੀ ਮੰਗਦਾ। ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਆਪਣੇ ਫੀਡਬੈਕਸ info@justbroadcasting.com ਦੇ ਉੱਤੇ, harkeerat@justbroadcasting.com ਦੇ ਉੱਤੇ, ਔਰ ਆਪਣੀ ਗੱਲ ਤੁਸੀਂ ਸਾਂਝਾ ਕਰ ਸਕਦੇ ਹੋ ਈਮੇਲ ਰੱਖੇ, ਔਰ ਅਸੀਂ ਤੁਹਾਡੇ ਮੇਲ ਦਾ ਰਿਪਲਾਈ ਵੀ ਕਰਦੇ ਹਾਂ, ਔਰ ਸਾਨੂੰ ਫੀਡਬੈਕ ਵੀ ਦਿਆ ਕਰੋ ਕਿ ਅਸੀਂ ਕਿਹੜੇ ਕਿਹੜੇ ਹੋਰ ਮੁੱਦਿਆਂ ਨੂੰ ਲੈ ਕੇ ਆਈਏ, ਤਾਂ ਕਿ ਇੰਟਰਨੈਸ਼ਨਲ ਪਲੈਟਫਾਰਮ ਦੇ ਉੱਤੇ ਆਵਾਜ਼ ਬਣ ਸਕਣ। ਅੱਜ ਦੇ ਮੁੱਦੇ ਦੇ ਵਿੱਚ ਫਿਲਹਾਲ ਮੈਨੂੰ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।